Ayo mari. ਕੀ ਨਾਮ ਹੈ ਤੁਹਾਡਾ? ਭੂਪ ਸਿੰਘ। ਕਿਹੜੀ ਜਗ੍ਹਾ ਜਾ ਰਹੇ ਸੀ ਤੁਸੀਂ? ਮੈਂ ਇੱਧਰ ਟੇਕ ਕਲੋਨੀ ਜਾ ਰਿਹਾ ਸੀ। ਕੀ ਕਹਿਣਾ ਚਾਹੁੰਦੇ ਜਿਹੜਾ ਇੱਥੇ ਕਿੰਨਾ ਕੁ ਕਿੱਦਾਂ ਦਾ ਮਾਹੌਲ ਤੁਹਾਨੂੰ ਲੱਗ ਰਿਹਾ ਪਟਿਆਲੇ 'ਚ, ਕਿੱਦਾਂ ਦਾ ਦੇਖ ਰਹੇ ਤੁਸੀਂ? ਮਾਹੌਲ ਤਾਂ ਖਰਾਬ ਹੀ ਲੱਗ ਰਿਹਾ ਜੀ, ਸੁਨਸਾਨ ਪਿਆ। ਹੋਰ ਅਤੇ ਇੱਧਰ ਤੁਹਾਨੂੰ ਜਾਣ ਨਹੀਂ ਦਿੱਤਾ, ਕੀ ਗੱਲ? ਕੀ ਕਹਿੰਦੇ ਨੇ? ਅਬ ਇਹ ਤਾਂ ਪਾਪਾ ਨੇ ਪੁੱਛਿਆ ਨਹੀਂ ਜੀ ਕੀ ਹੈ ਕਿਆ ਨਹੀਂ। ਬੰਦ ਹੈ ਆਪਸ ਬੰਦ ਕੀਤਾ ਹੋਇਆ ਰੱਖਾਂ। ਬਾਬਾ ਜਸਵੀਰ ਸਿੰਘ ਹੈ ਜੀ। ਕਿੱਥੇ ਜਾ ਰਹੇ ਹੋ ਬਾਬੇ? ਮੈਂ ਚੱਲਿਆ ਸੁਲਾ। ਕੀ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਇੱਥੇ ਜਾ ਰਹੇ, ਤੁਹਾਨੂੰ ਰੋਕ ਦਿੱਤਾ ਗਿਆ, ਕਿਉਂ ਨਹੀਂ ਜਾ ਦਿੱਤਾ ਗਿਆ? ਇਸ ਕਰਕੇ ਵੀ ਇੱਥੇ ਮਾਹੌਲ ਖਰਾਬ ਨਾ ਹੋਵੇ। ਅੱਛਾ ਜੀ, ਕਰਫਿਊ ਵਾਲਾ ਮਾਹੌਲ ਬਣਾਇਆ ਹੋਇਆ? ਕਰਫਿਊ ਵਾਲਾ ਮਾਹੌਲ ਬੰਦ ਆ ਸਾਰਾ ਕੁਝ। ਅੱਛਾ, ਪਹਿਲੇ ਨੂੰ ਨਹੀਂ ਜਾਣ ਦਿੰਦੇ? ਕਹਿੰਦੇ ਨਹੀਂ ਜਾਣ ਜਾਂਦੇ ਰਹੇ। ਅੱਛਾ, ਕੀ ਕਹਿੰਦੇ ਨੇ? ਕਰਫਿਊ ਲੱਗਿਆ? ਕਹਿੰਦੇ ਕਰਫਿਊ ਲੱਗਿਆ ਹੋਇਆ। ਠੀਕ ਹੈ। मैं आपके चैनल के माध्यम से आम लोगों को ये अवगत कराना चाहता हूं कि हमारा जो पटियाला जोन है जिसमें 6 जिले आ जाते हैं,
ਰੋਪੜ, ਮੋਹਾਲੀ, ਪਟਿਆਲਾ, ਸੰਗਰੂਰ ਔਰ ਬਰਨਾਲਾ। ਇਨਮੇ ਸਥਿਤੀ ਜੋ ਹੈ ਪੂਰੀ ਸ਼ਾਂਤੀਪੂਰਨ ਹੈ। ਹਮਾਰੇ ਕੁਛ ਜ਼ਿਲ੍ਹੋ ਮੇਂ ਜੈਸੇ ਬਰਨਾਲਾ, ਸੰਗਰੂਰ ਮੇਂ ਔਰ ਪਟਿਆਲਾ ਕੇ ਕੁਛ ਹਿੱਸਾ, ਜਿਸਕੋ ਬਨੂੜ ਕਾ ਹਿੱਸਾ ਹੈ, ਉਸਮੇਂ ਏਕ ਦੋ ਸਟੇ ਇੰਸੀਡੈਂਟ ਹੋਏ ਥੇ। ਜੋ ਯੇ ਸਟੇ ਇੰਸੀਡੈਂਟ ਹੋਏ ਥੇ, ਇਸਮੇਂ ਯੇ ਥਾ ਕਿ ਮੋਟਰਸਾਈਕਲ ਪੇ ਦੋ ਨੌਜਵਾਨ ਆਏ ਔਰ ਉਹਨਾਂ ਏਕ ਜਬ ਜਗ੍ਹਾ ਪੇ ਸੇਵਾ ਕੇਂਦਰ ਕੇ ਉੱਪਰ ਪੱਥਰ ਦਾਓ ਕੀਆ ਔਰ ਪਰ ਹਮਨੇ ਉਨਕੇ ਮੋਟਰਸਾਈਕਲ ਕਾ ਨੰਬਰ ਨੋਟ ਕਰ ਲਿਆ ਔਰ ਹਮ ਉਨਕੋ ਜਲਦੀ ਹੀ ਆਈਡੈਂਟੀਫਾਈ ਕਰਕੇ ਉਨਕੋ ਅਰੈਸਟ ਕਰ ਲੇਂਗੇ। ਲਹਿਰਾ ਗਾਗਾ ਮੇਂ ਤਹਿਸੀਲਦਾਰ ਕੇ ਆਫਿਸ ਮੇਂ ਆਗ ਲਗਾਨੇ ਕੀ ਕੋਸ਼ਿਸ਼ ਕੀ, ਪਰ ਆਮ ਜਨਤਾ ਕੀ ਸਹਾਇਤਾ ਸੇ ਉਸਕੋ ਕੰਟਰੋਲ ਕਰ ਲਿਆ ਗਿਆ। ਸਿਰਫ ਉਸਕੇ ਏਕ ਟੇਬਲ ਕਾ ਨੁਕਸਾਨ ਹੁਆ ਔਰ ਮਨਕਪੁਰ ਜੋ ਬਨੂੜ ਮੇਂ ਵਹਾਂ ਪੇ ਵੀ ਅਟੈਂਪਟ ਕੀਆ ਗਿਆ ਸਕੂਲ ਮੇਂ ਆਗ ਲਗਾਨੇ ਕਾ, ਵੋ ਵੀ ਆਮ ਜਨਤਾ ਕੀ ਸਹਾਇਤਾ ਸੇ ਕੰਟਰੋਲ ਕਰ ਲਿਆ ਗਿਆ। ਆਪਕੇ ਚੈਨਲ ਕੇ ਮਾਧਿਅਮ ਸੇ ਮੈਂ ਯੇ ਵੀ ਬਤਾਨਾ ਚਾਹੂੰਗਾ ਕਿ ਪੰਜਾਬ ਮੇਂ ਹਮਾਰੇ ਪੰਜਾਬ ਡਿਸਟ੍ਰੈਕਸ਼ਨ ਔਫ ਪਬਲਿਕ ਪ੍ਰੋਪਰਟੀ ਐਕਟ ਅਪਲਾਈ ਕਰਤਾ ਹੈ ਔਰ ਜਹਾਂ ਜਹਾਂ ਪੇ ਵੀ ਯੇ ਅਟੈਂਪਟ ਹੋਏ ਹੈ, ਹਮਨੇ ਜੋ ਐੱਫ ਆਈ ਆਰ ਰਜਿਸਟਰ ਕੀ ਹੈ, ਉਸਮੇਂ ਪੰਜਾਬ ਡਿਸਟ੍ਰੈਕਸ਼ਨ ਔਫ ਪਬਲਿਕ ਪ੍ਰੋਪਰਟੀ ਐਕਟ ਕੋ ਇਨਕਲੂਡ ਕੀਆ ਹੈ, ਜਿਸਕੇ ਤਹਿਤ ਜੋ ਵੀ ਕੋਈ ਪਬਲਿਕ ਪ੍ਰੋਪਰਟੀ ਕੋ ਡਿਸਟ੍ਰੋਏ ਕਰਤਾ ਹੈ, ਉਸਸੇ ਉਸ ਪ੍ਰੋਪਰਟੀ ਕੀ ਕੋਸਟ ਰਿਕਵਰ ਕੀ ਜਾਤੀ ਹੈ। ਔਰ ਮੈਂ ਆਪਕੇ ਚੈਨਲ ਕੇ ਮਾਧਿਅਮ ਸੇ ਆਮ ਲੋਗੋਂ ਕੋ ਅਪੀਲ ਕਰੂੰਗਾ ਕਿ ਵੋ ਸ਼ਾਂਤੀ ਬਣਾਏ ਰੱਖੇ। ਕੁਛ ਇਤਿਹਾਦਨ ਤੌਰ ਪੇ ਹਮਨੇ ਪਟਿਆਲਾ ਮੇਂ ਕਰਫਿਊ ਲਗਾਇਆ, ਕਿਉਂਕੇ ਉਸਮੇਂ ਯੇ ਕਾਰਨ ਹੈ ਕਿ ਹਮਾਰੇ ਜੋ ਪੰਚਕੂਲਾ ਸੇ ਐਗਜ਼ਿਟ ਹੋ ਰਿਹਾ ਲੋਗੋਂ ਕਾ, ਵੋ ਪਟਿਆਲਾ ਕੇ ਥਰੂ ਪਾਸ ਆਊਟ ਕਰ ਰਿਹਾ ਹੈ, ਤੋ ਉਸ ਕਾਰਨ ਸੇ ਹਮਨੇ ਪਟਿਆਲਾ ਮੇਂ ਇਤਿਹਾਦਨ ਤੌਰ ਪੇ ਕਰਫਿਊ ਲਗਾਇਆ, ਪਰ ਉਸਕੋ ਹਮ ਕੱਲ੍ਹ ਸੁਬਹਾ ਦੁਬਾਰਾ ਰਿਵਿਊ ਕਰ ਲੇਂਗੇ। ਥੈਂਕ ਯੂ।